ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਜ਼ਿਲ੍ਹਾ ਜਲੰਧਰ ਵਿਖੇ ਨਵੀਂ ਸਾਈਕਲ ਸ਼ੈੱਡ ਅਤੇ ਚਾਰ ਦੀਵਾਰੀ ਦਾ ਉਦਘਾਟਨ ਕੀਤਾ, ਜਿਸ ਦੀ ਅਨੁਮਾਨਿਤ ਰਕਮ 8,60,000 ਹੈ। ਜਿਸ ਨੂੰ ਬਣਾਉਣ ਵਾਲੀ ਸੰਸਥਾ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ UK ਦਾ ਸਨਮਾਨ ਕਰਨ ਵਜੋਂ ਸਮਾਰੋਹ ਕੀਤਾ ਗਿਆ, ਜਿਸ ਵਿੱਚ ਪ੍ਰਿੰਸੀਪਲ ਸ਼੍ਰੀ ਪ੍ਰੇਮ ਸਿੰਘ ਜੀ ਨੇ ਸਕੂਲ ਵਿੱਚ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ ਅਤੇ ਸਕੂਲ ਨੂੰ ਹੋਰ ਵਧੇਰੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਰਣਜੀਤ ਸਿੰਘ ਜੋਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਦਾਰ ਰਣਜੀਤ ਸਿੰਘ ਜੋਲ ਸਰਪੰਚ ਪਾਸਲਾ, ਨਰਮਿੰਦਰਜੀਤ ਕੌਰ ਸਰਪੰਚ ਖੋਜਪੁਰ, ਜਸਵਿੰਦਰ ਕੌਰ ਸਰਪੰਚ ਜੈਤੋਵਾਲ, ਸੁਰਜੀਤ ਲਾਲ ਸਰਪੰਚ ਦੰਦੂਵਾਲ, ਸਰਦਾਰ ਸੁਖਵਿੰਦਰ ਸਿੰਘ ਸਕੂਲ ਕਮੇਟੀ ਚੇਅਰਮੈਨ, ਸਰਦਾਰ ਲਕਸ਼ਮਣ ਦਾਸ ਕੈਪਟਨ, ਡਾਕਟਰ ਚਮਕੌਰ ਸਿੰਘ ਜੀਵਨਦਾਸ ਸਾਬਕਾ ਸਰਪੰਚ, ਰਘਵੀਰ ਸਿੰਘ, ਸਰਦਾਰ ਗੁਰਦਾਵਰ ਸਿੰਘ ਛੋਕਰ, ਅਵਤਾਰ ਸਿੰਘ ਲੀਡਰ, ਕਸ਼ਮੀਰ ਸਿੰਘ ਰਾਣਾ ਦਹਿਲ, ਜਗਜੀਵਨ ਸਿੰਘ ਗਿਰਦਾਰੀ ਲਾਲ ਮੈਂਬਰ ਪੰਚਾਇਤ ਸਮਿਤੀ, ਸੇਵਾ ਸਿੰਘ, ਜੋਗਾ ਸਿੰਘ, ਰਾਮ ਕ੍ਰਿਸ਼ਨ, ਜਤਿੰਦਰ ਸਿੰਘ, ਜਸਵੰਤ ਸਿੰਘ ਪੰਚ, ਬਲਹਾਰ ਸਿੰਘ, ਨਿਰਮਲ ਚੰਦ, ਸ਼੍ਰੀਮਤੀ ਦਲਵੀਰ ਕੌਰ, ਸ਼੍ਰੀਮਤੀ ਬਿੰਦਰ, ਸ਼੍ਰੀਮਤੀ ਕਮਲਾ, ਰਜਿੰਦਰ ਸਿੰਘ, ਪ੍ਰੇਮ ਸਿੰਘ, ਸਕੂਲ ਅਧਿਆਪਕ ਕੁਲਵਿੰਦਰ ਸਿੰਘ, ਮੱਖਣ ਰਾਮ, ਅਮਨਦੀਪ, ਬਲਜੀਤ ਕੌਰ, ਪ੍ਰੇਮ ਚੰਦ, ਰਜਿੰਦਰ ਕੌਰ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਕਰਦੇ ਹਾਂ UK ਦੀ NRI ਕਮੇਟੀ ਦਾ, ਜਿਨ੍ਹਾਂ ਨੇ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਦੇ ਵਿੱਚ ਸਾਈਕਲ ਸ਼ੈੱਡ ਅਤੇ ਚਾਰ ਦੀਵਾਰੀ ਦਾ ਸਾਨੂੰ ਡੋਨੇਸ਼ਨ ਦਿੱਤੀ ਆ। ਉਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅੱਗੇ ਤੋਂ ਵੀ ਸਾਡੇ ਪਿੰਡ ਦਾ ਅਸੀਂ ਅਪੀਲ ਕਰਦੇ ਹਾਂ ਪੂਰੀ ਸਾਡੇ ਪਿੰਡ ਪਾਸਲਾ ਦੀ ਮਦਦ ਕਰਨ ਦੀ। ਜੋ ਵੀ ਉਹ ਪੈਸਾ ਭੇਜਣਗੇ ਅਸੀਂ 1% ਉੱਪਰ ਪਾ ਕੇ ਉਹਨਾਂ ਦਾ ਪੈਸਾ ਯੋਗ ਸਥਾਨ 'ਤੇ ਲਾਇਆ ਜਾਊਗਾ। ਪੈਸੇ ਦੀ ਦੁਰਵਰਤੋਂ ਨਹੀਂ ਹੋਊਗੀ, ਅਸੀਂ ਉਹਨਾਂ ਨੂੰ ਭਰੋਸਾ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਿੰਸੀਪਲ ਪ੍ਰੇਮ ਸਿੰਘ, ਗੌਰਮੈਂਟ ਸੀਨੀਅਰ ਸਕੂਲ ਪਾਸਲਾ, ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ UK ਦੇ ਦੁਆਰਾ ਬਣਾਏ ਗਏ ਸ਼ੈੱਡ ਅਤੇ ਦੀਵਾਰ ਦੇ ਉਦਘਾਟਨ ਸੰਬੰਧੀ ਅਸੀਂ ਇੱਥੇ ਇਕੱਠੇ ਹੋਏ ਹਾਂ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ
ਸਾਨੂੰ ਇਹ ਸਹੂਲਤ ਦਿੱਤੀ ਆ ਅਤੇ ਇਸ ਤੋਂ ਪਹਿਲਾਂ ਵੀ ਇਹ ਸੁਸਾਇਟੀ ਵਾਲੇ ਸਾਡੇ ਲਈ 34-35 ਲੱਖ ਰੁਪਇਆ ਉਹ ਖਰਚ ਚੁੱਕੇ ਆ ਅਤੇ ਅੱਗੇ ਵੀ ਉਹ ਸਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਤੁਹਾਨੂੰ ਹੋਰ ਸਕੂਲ ਨੂੰ ਵਧੀਆ ਤੁਹਾਡਾ ਬਣਾ ਕੇ ਦੇਵਾਂਗੇ। ਅਤੇ ਮੈਂ ਵਾਰ ਵਾਰ ਉਹਨਾਂ ਦਾ ਆਪਣੇ ਪਿੰਡ ਵਾਸੀਆਂ ਵੱਲੋਂ ਆਪਣੇ ਵੱਲੋਂ ਅਤੇ ਸਟਾਫ ਵੱਲੋਂ ਉਸ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ।